ਦੇਖੋ ਕਿਆਮਤ ਯਾਦ ਆਉਸੀ ਔਰ ਇਹ ਸੋਚ ਬਣਾ ਅੱਜ ਦੇ ਬਾਅਦ ਜੋ ਕਿਆਮਤ ਵੱਡੀ ਔਖੀ ਏ ਜਿਹੜੇ ਬੰਦੇ ਕੋ ਮੌਤ ਯਾਦ ਏ ਜਿਹੜੇ ਬੰਦੇ ਕੋ ਕਿਆਮਤ ਦਾ ਮੈਦਾਨ ਯਾਦ ਏ ਜਾਂ ਕਿਆਮਤ ਦੇ ਸਖਤਿਆਂ ਚ ਕੋ ਯਾਦ ਹਨ ਜਹੰਨਮ ਦੀ ਭਾਬ ਭੜਕਦੀ ਹੋਈ ਨਕਸ਼ਾ ਜਾਂਦੇ ਸਾਹਮਣੇ ਖੜੇ ਥਿਆ ਉਹ ਕਦੇ ਹੀ ਨਮਾਜ਼ ਨਾ ਛੋੜੇ ਸੀ ਕਦੇ ਹੀ ਅੱਲਾਹ ਦੀ ਨਾ ਫਰਮਾਨੀ ਨਾ ਕਰੇ ਸੀ ਕਦੇ ਹੀ ਰਸੂਲ ਦੀ ਨਾ ਫਰਮਾਨੀ ਨਾ ਕਰੇ ਸੀ ਕਦੇ ਹੀ ਜ਼ੁਲਮ ਨਾ ਕਰੇ ਸੀ ਕਦੇ ਹੀ ਵਾਲਦੈਨ ਦੀ ਨਾ ਫਰਮਾਨੀ ਨਾ ਕਰੇ ਸੀ ਔਰ ਕਦੇ ਹੀ ਵਾਲਦੈਨ ਦੇ ਉੱਤੇ ਜ਼ੁਲਮ ਨਾ ਕਰੇ ਸੀ ਹੱਕ ਹਮਸਾਇਤ ਰਿਸ਼ਤੇਦਾਰਾਂ ਦੇ ਉੱਤੇ ਕਦੇ ਹੀ ਜ਼ੁਲਮ ਨਾ ਕਰੇ ਸੀ ਹਜ਼ਰਾਤ ਤੁਹਾਡਾ ਸਾਡਾ ਅਕੀਦਾ ਹੋਣਾ ਚਾਹੀਦਾ ਹੈ ਜੋ ਕਿਆਮਤ ਹਰ ਸੂਰਤ ਆਉਣੀ ਹੈ ਕਿਵੇਂ ਮਾਰਕਾ ਕਿਆਮਤ ਹਰ ਸੂਰਤ ਆਉਣੀ ਹੈ ਨਾ ਸਹੀ ਹਜ਼ਰਾਤ ਮੈਂ ਦੱਸਾਂ ਚਾਹੁੰਦਾ ਜੋ ਕਿਆਮਤ ਅੱਲਾਹ ਪਾਕ ਨੇ ਕਿਵੇਂ ਕਾਇਮ ਕਰਨੀ ਹੈ ਇਹ 14 ਤਬਕ ਕਾਇਨਾਤ ਦਾ ਨਿਜ਼ਾਮ ਅੱਲਾਹ ਕਰੀਮ ਨੇ ਕਿਵੇਂ ਦਿਰਾਮ ਬਿਰਾਮ ਕਰਨੇ ਕਿਵੇਂ ਤਬਾਹ ਕਰਨੇ ਕਿਵੇਂ ਖਤਮ ਕਰਨੇ ਹਜ਼ਰਾਤ ਅੱਲਾਹ ਤਾਲਾ ਨੇ ਚਾਰ ਵੱਡੇ ਵੱਡੇ ਫਰਿਸ਼ਤੇ ਬਣਾਏ ਹਨ ਮੁਕਰਬ ਚਾਰ ਫਰਿਸ਼ਤੇ ਕਿਤਨੀ ਫਰਿਸ਼ਤੇ ਵਾ ਮਾਰਕਾ ਚਾਰ ਫਰਿਸ਼ਤੇ ਅੱਲਾਹ ਪਾਕ ਨੇ ਮੁਕਰਬ ਵੱਡੇ ਵੱਡੇ ਫਰਿਸ਼ਤੇ ਜਟਾ ਕੇ ਅੰਦਾਜ਼ ਤੁਹਾਨੂੰ ਸਮਝਦਾ ਪਿਆ ਅੱਗੋਂ ਬਲੋਚੀ ਤੁਹਾਨੂੰ ਸੁਣਿਆ ਸਾਂ ਕਿਉਂਕਿ ਕਾਰ ਸਾਹਿਬ ਦਾ ਹੁਕਮ ਆ ਚਾਰ ਫਰਿਸ਼ਤਾ ਅੱਲਾਹ ਪਾਕ ਆ ਪੈਦਾ ਕਰਦਾ ਚਿਕਤਰ ਮਾਰਕਾ ਚਾਰ ਫਰਿਸ਼ਤੇ ਅੱਲਾਹ ਪਾਕ ਨੇ ਪੈਦਾ ਕੀਤਨ ਨੰਬਰ 1 ਪਹਿਲਾ ਫਰਿਸ਼ਤਾ ਹਜ਼ਰਤ ਜਿਬਰਾਇਲ ਅਲੈਹਿ ਸਲਾਮ ਇਹ ਯਾਦ ਕਰਨੇ ਆਵੇ ਮੈਂ ਸੁਣਸਾ ਤੁਹਾਰੇ ਕਨੇ ਪਹਿਲਾ ਫਰਿਸ਼ਤਾ ਹਜ਼ਰਤ ਜਿਬਰਾਇਲ ਅਲੈਹਿ ਸਲਾਮ ਨੰਬਰ 2 ਹਜ਼ਰਤ ਇਸਰਾਫੀਲ ਅਲੈਹਿ ਸਲਾਮ ਨੰਬਰ 3 ਹਜ਼ਰਤ ਮੀਕਾਇਲ ਅਲੈਹਿ ਸਲਾਮ ਨੰਬਰ 4 ਹਜ਼ਰਤ ਇਜ਼ਰਾਇਲ ਅਲੈਹਿ ਸਲਾਮ ਹਜ਼ਰਤ ਕਿਤਨੀ ਫਰਿਸ਼ਤੇ ਸੀ ਗਨ ਚਾਰ ਫਰਿਸ਼ਤੇ ਪਹਿਲਾ ਫਰਿਸ਼ਤਾ ਹਜ਼ਰਤ ਜਿਬਰਾਇਲ ਅਲੈਹਿ ਸਲਾਮ ਪਹਿਲਾ ਫਰਿਸ਼ਤਾ ਹਜ਼ਰਤ ਜਿਬਰਾਇਲ ਅਲੈਹਿ ਸਲਾਮ ਦੀ ਡਿਊਟੀ ਹੈ ਜੋ ਅੰਬੀਆ ਤੱਕ ਅੱਲਾਹ ਦਾ ਪੈਗਾਮ ਪਹੁੰਚਾਉਂਦਾ ਨੰਬਰ 2 ਹਜ਼ਰਤ ਮੀਕਾਇਲ ਅਲੈਹਿ ਸਲਾਮ ਉਹਦੀ ਹਵਾ ਬਾਰਿਸ਼ ਦੀ ਡਿਊਟੀ ਹੈ ਜਿੱਥੇ ਅੱਲਾਹ ਪਾਕ ਨੇ ਹਵਾ ਬਾਰਿਸ਼ ਕਰਨੀ ਹੋਵੇ ਉਹ ਫਰਿਸ਼ਤੇ ਕੋ ਹੁਕਮ ਦਿੰਦੇ ਨੰਬਰ 3 ਇਜ਼ਰਾਇਲ ਅਲੈਹਿ ਸਲਾਮ ਜੈ ਕੋ ਤੁਸਾਂ ਬਹੂ ਸਾਰਾ ਜਾਣ ਦੇਵੇ ਮਰਕਾ ਜਾਣ ਦੇਵੇ ਕਹਿਣਾ ਇਜ਼ਰਾਇਲ ਅਲੈਹਿ ਸਲਾਮ ਕੋ ਜਾਣ ਦੇਵੇ ਨਾ ਸਹੀ ਇਹੋ ਤਾਂ ਹਰ ਬੰਦਾ ਜਾਣਦੇ ਨਾ ਸਹੀ ਇਹ ਉਹ ਹੋਏ ਜਿਹੜਾ ਬਿਨ ਪੁੱਛੇ ਅੰਦੇ ਬਗੈਰ ਪੁੱਛੇ ਗੀਚੀ ਗੋਟੀ ਦਾ ਲਗਾ ਵੈਂਦੇ ਜਿਹੜਾ ਸਾਧ ਵੈਂਦੇ ਹੁੰਦੇ ਯਾਰ ਜਵਾਨ ਇਵੇਂ ਠੀਕ ਆ ਇਵੇਂ ਟੁਰਦਾ ਗਏ ਬਸ ਬੈਠਾ ਜੋ ਹੈ ਮੁੱਕਾ ਗਏ ਯਾਰ ਅੱਬਾ ਤਾਂ ਠੀਕ ਆ ਨਿਖਣੇ ਨਿਖਣੇ ਮੈਂ ਭਜਾ ਚਾਹ ਵਾਰਤਾ ਦੀ ਨੀ ਨਿਸ਼ ਤੋਂ ਵੀ ਦਾ ਬਾ ਕਤਰਾ ਵਕਤਾ ਜੋ ਵਾਸਤੇ ਅੱਬਾ ਮੁੱਕ ਸੀ ਜੋ ਅੱਲਾਹ ਦਾ ਦੋਸਤ ਵੀ ਦੋ ਵਾ ਮਾਰਕਾ ਇਜ਼ਰਾਇਲ ਅਲੈਹਿ ਸਲਾਮ ਕੋ ਜਾਣਦੇ ਵੇ ਨਾ ਇਜ਼ਰਾਇਲ ਅਲੈਹਿ ਸਲਾਮ ਜਿਹੜਾ ਬਿਨ ਪੁੱਛੇ ਆਂਦੇ ਉਹ ਅੰਬੀਆ ਕਨੇ ਪੁੱਛਦਾ ਸੀ ਸਾਰੇ ਕਨੇ ਕਹਿ ਨਹੀਂ ਪੁੱਛਦਾ ਅੱਲਾਹ ਪਾਕ ਨੇ ਹੁਕਮ ਦਿੱਤਾ ਹੋਏ ਜੋ ਆਮ ਬੰਦੇ ਕਨੇ ਨਹੀਂ ਪੁੱਛਣਾ ਉਹ ਤਾਂ ਅੰਬੀਆ ਕਨੇ ਪੁੱਛਦਾ ਨਾ ਨੰਬਰ 3 ਹਜ਼ਰਤ ਇਜ਼ਰਾਇਲ ਅਲੈਹਿ ਸਲਾਮ ਨੰਬਰ 4 ਇਸਰਾਫੀਲ ਅਲੈਹਿ ਸਲਾਮ ਇਸਰਾਫੀਲ ਅਲੈਹਿ ਸਲਾਮ ਉਹ ਫਰਿਸ਼ਤਾ ਹੈ ਜਿਹਦੇ ਹੱਥ 'ਚ ਅੱਲਾਹ ਪਾਕ ਨੇ ਸੂਰ ਦਿੱਤਾ ਹੋਏ ਸੂਰ ਬੜਾ ਕੇ ਅੱਲਾਹ ਪਾਕ ਨੇ ਉਹਦੇ ਹੱਥ 'ਚ ਪਕੜਾ ਦਿੱਤੇ ਉਹ ਇਵੇਂ ਸੂਰ ਪਕੜ ਕੇ ਹਰ ਵਕਤ ਅਲਰਟ ਖੜਾ ਹੋਏ ਤਿਆਰ ਖੜਾ ਹੋਏ ਚੌਕੰਨਾ ਔਰ ਚੁਸਤ ਖੜਾ ਹੋਏ ਉਹਦੀ ਨਜ਼ਰ ਅੱਲਾਹ ਕਰੀਮ ਦੇ ਅਰਸ਼ ਤੋਂ ਹੈ ਜੋ ਕਿਹੜੇ ਵੇਲੇ ਰੱਬ ਮੈਂ ਕੋ ਹੁਕਮ ਦੇ ਸੀ ਜੋ ਮੈਂ ਇਹਦੇ ਅੰਦਰ ਸੂਰ ਫੁਕੇ ਸਾਂ ਤਾਂ ਅੱਲਾਹ ਕਰੀਮ ਨੇ 14 ਤਬਕ ਕਾਇਨਾਤ ਦੇ ਨਿਜ਼ਾਮ ਕੋ ਤਬਾਹ ਫਨਾਹ ਕਰ ਦੇਵਣੇ ਹਜ਼ਰਤ ਇਸਰਾਫੀਲ ਅਲੈਹਿ ਸਲਾਮ ਸੂਰ ਚਾ ਕੇ ਖੜਾ ਹੋਏ ਅੱਲਾਹ ਕਰੀਮ ਦੇ ਹੁਕਮ ਦੀ ਇੰਤਜ਼ਾਰ ਦੇ ਅੰਦਰ ਹੈ ਹੁਣ ਮੈਂ ਤਾਂ ਕੁਦੇ ਸਾਹਮਣੇ ਚਾਹੁੰਦਾ ਜੋ ਕਿਹੜੇ ਵੇਲੇ ਉਹ ਸੂਰ ਫੁਕੇ ਸੀ ਔਰ ਕਿਤਨੀ ਮਰਤਬਾ ਫੁਕੇ ਸੀ ਕਿਹੜੇ ਵੇਲੇ ਫੁਕੇ ਸੀ ਜਿਹੜੇ ਵੇਲੇ ਅੱਲਾਹ ਹੁਕਮ ਦੇ ਸੀ ਕਿਹੜੇ ਵੇਲੇ ਫੁਕੇ ਸੀ ਮਾਰਕਾ ਜਿਹੜੇ ਵੇਲੇ ਅੱਲਾਹ ਹੁਕਮ ਦੇ ਸੀ 3 ਦਫਾ ਸੂਰ ਫੁਕਿਆ ਵੇ ਸੀ ਅੱਲਾਹ ਦੇ ਕੁਰਾਨ ਦਾ ਮੁਤਾਲਿਆ ਕਰਕੇ ਦੇਖ ਕੁਰਾਨ ਪੜ੍ਹ ਕੇ ਦੇਖ ਤਰਜਮਾ ਪੜ੍ਹ ਕੇ ਦੇਖ ਪਹਿਲੀ ਦਫਾ ਸੂਰ ਫੁਕਿਆ ਵੇ ਸੀ ਜ਼ਮੀਨ ਦੇ ਉੱਤੇ ਜੋਸ਼ ਆਏ ਉਹ ਬੇਹੋਸ਼ ਦੀ ਵੇ ਸੀ ਦੂਜੀ ਦਫਾ ਜਿਹੜੇ ਵੇਲੇ ਸੂਰ ਫੁਕਿਆ ਵੇ ਸੀ ਜ਼ਮੀਨ ਦੇ ਉੱਤੇ ਹਰ ਸ਼ੈ ਹਾਜ਼ਰ ਹੋ ਕੇ ਅੱਲਾਹ ਦੇ ਅਰਸ਼ ਤੋਂ ਦੇਖਣ ਪਏ ਵੇ ਸੀ ਅੱਲਾਹ ਦਾ ਕੁਰਾਨ 24 ਸਿਪਾਰੇ ਸੂਰਤ ਦਾ ਨਾਂ ਸੂਰਹ ਜ਼ੁਮਰ ਹੈ ਅੱਲਾਹ ਕਰੀਮ ਨੇ ਫਰਮਾਏ ਵਨੁਫਖ ਫਿਸ ਸੂਰ ਫਸਾਇਕ ਮਨ ਫਿਸ ਸਮਾਵਾਤਿ ਵਮਨ ਫਿਲ ਅਰਜ਼ ਇਲਾ ਮਨ ਸ਼ਾ ਅੱਲਾਹ ਸੁਮ ਨੁਫਖ ਫੀਹ ਉਖਰਾ ਫਇਦਾ ਹਮ ਕਿਯਾਮ ਯਨਜ਼ੁਰੂਨ ਹਜ਼ਰਤ ਜਿਵੇਂ ਜਿਵੇਂ ਸੂਰ ਫੂਕਿਆ ਵੇ ਸੀ ਹਰ ਸੂਰ ਦੇ ਬਾਅਦ ਵਲ ਕਿਆਮਤ ਦਾ ਜ਼ਲਜ਼ਲਾ ਹੋ ਸੀ ਕਿਆ ਹੋ ਸੀ ਮਰਕਾ ਕਿਆਮਤ ਦਾ ਜ਼ਲਜ਼ਲਾ ਹਜ਼ਰਤ ਦੁਨੀਆ ਦੇ ਜ਼ਲਜ਼ਲੇ ਡਿੱਠੇ ਸੇ ਮੁਜ਼ਫਰਾਬਾਦ ਦੇ ਜ਼ਲਜ਼ਲੇ ਕਈ ਡਿੱਠੇ ਹੋ ਸਨ ਕਸ਼ਮੀਰ ਦੇ ਜ਼ਲਜ਼ਲੇ ਕਈ ਡਿੱਠੇ ਹੋ ਸਨ ਮਸ਼ਰਕ ਮਗਰਬ ਦੇ ਜ਼ਲਜ਼ਲੇ ਕਈ ਡਿੱਠੇ ਹੋ ਸਨ ਹਜ਼ਰਤ ਦੁਆ ਇਹ ਕਰ ਜੋ ਅੱਲਾਹ ਪਾਕ ਕਿਆਮਤ ਦੀ ਰਸਵਾਈ ਕਨੇ ਬਚਾਵੇ ਕਿਆਮਤ ਦੀ ਹੌਲਨਾਕੀ ਕਨੇ ਬਚਾਵੇ ਹਜ਼ਰਤ ਕਿਆਮਤ ਦਾ ਜ਼ਲਜ਼ਲਾ ਬੜਾ ਔਖਾ ਹੋਣੇ
قیامت دے ہول نہ کیا بڑا اوکھا ہی نہیں قیامت وڈی اوکھی ائی اج وقت ہی نیکی دی قدر کر گئن اج وقت ہی نیکی کما گئن اے تے دنیا دے زلزلے ڈٹھے نہیں جنن قیامت دے زلزلے تو ما دیکھسو تیرے میرے اندر استطاعت برداشت کرن دی کہ نہ ہوسی ول تو میں بے ہوش ہوے سو اللہ دے قران نے نقشہ قائم کیتے پہلی دفعہ جلے سور پھوکیا ویسی اون دے بعد بہو وڈا سارا زلزلہ ہوسی اے جڑا زلزلہ ہوسی جو ہر دودھ پلاون والی ماں اپنے بچے کو دور کر دے سی ہر حمل والی دا حمل گر وے سی جدا ذکر اللہ نے اپنے قرآن دے اندر کیتے